ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਬਸ ਹੁਣ ਵਰਕ ਲਈ ਰੈਡੀ ਹੋਣ ਲੱਗੀ ਸੀ ਅਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਟਾਈਮ ਸਪੈਂਡ ਕਰਾਂ ਅਤੇ ਮੈਂ ਤੁਹਾਨੂੰ ਦਿਖਾਵਾਂ ਕਿ ਮੈਂ ਕਿਵੇਂ ਰੈਡੀ ਹੁੰਦੀ ਹਾਂ। ਦ ਮੇਨ ਥਿੰਗ ਇਜ਼ ਕਿ ਹਾਊ ਆਈ ਸਟ੍ਰੇਟਨ ਮਾਈ ਹੇਅਰਸ। ਤੁਸੀਂ ਦੇਖ ਸਕਦੇ ਹੋ ਮੇਰੇ ਥੋੜ੍ਹੇ ਹੇਅਰ ਜਿਵੇਂ ਡਰਾਈ ਨੇ, ਫਰੀਜ਼ੀ ਨੇ, ਅਤੇ ਆਈ ਐਮ ਸ਼ਿਓਰ ਕਿ ਮੋਸਟ ਆਫ ਦ ਗਰਲਸ, ਮੋਸਟ ਆਫ ਦ ਮੇ ਬੀ ਲੇਡੀਜ਼, ਕਿ ਉਹ ਬਹੁਤ ਯੂਨੋ ਪਰੇਸ਼ਾਨ ਹੁੰਦੇ ਹੈ ਕਿ ਉਹਨਾਂ ਦੇ ਜਿਹੜੇ ਹੇਅਰ ਹੈ ਬਹੁਤ ਡਰਾਈ ਰਹਿੰਦੇ ਹੈ ਐਵਰੀ ਟਾਈਮ, ਯੂਨੋ ਕਿ ਤੁਹਾਨੂੰ ਸਟ੍ਰੇਟਨ ਕਰਨੇ ਪੈਂਦੇ। ਮੈਂ ਤੁਹਾਨੂੰ ਇਹ ਟਿਪਸ ਦਿੰਦੀ ਹਾਂ ਕਿ ਤੁਸੀਂ ਆਪਣੇ ਵਾਲਾਂ ਨੂੰ ਵਧੀਆ ਰੱਖਣ ਲਈ ਫਸਟ ਆਫ ਆਲ ਕਿ ਪ੍ਰੋਪਰਲੀ ਸ਼ਾਵਰ ਲੈਣ ਤੋਂ ਪਹਿਲਾਂ ਓਇਲ ਲਾਓ, ਓਇਲ ਦੀ ਮਸਾਜ ਕਰੋ ਅਤੇ ਉਹਨੂੰ ਥੋੜ੍ਹੇ ਲਾਈਕ 1 or 2 hours ਲਈ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਲ ਬਲੈਕ ਰਹਿਣ, ਅਤੇ ਫਿਰ ਉਹਨੂੰ 2 to 3 hours ਬਾਅਦ ਤੁਸੀਂ ਉਹਨੂੰ ਆਪਣਾ ਹੇਅਰ ਵਾਸ਼ ਕਰ ਸਕਦੇ ਹੋ ਅਤੇ ਪ੍ਰੋਪਰਲੀ ਡਰਾਈ ਕਰੋ। ਅਤੇ ਡਰਾਈ ਕਰਨ ਤੋਂ ਬਾਅਦ ਤੁਸੀਂ ਆਪਣੇ ਕਿਵੇਂ ਤੁਸੀਂ ਹਾਊ ਯੂ ਸਟ੍ਰੇਟਨ ਯੂ ਹੇਅਰਸ, ਤਾਂ ਉਹ ਮੈਂ ਤੁਹਾਨੂੰ ਅੱਜ ਥੋੜ੍ਹੇ ਜਿਹੇ ਟਿਪਸ ਦੇਣ ਲੱਗੀ ਹਾਂ। ਹੋਪ ਤੁਹਾਨੂੰ ਪਸੰਦ ਆਉਣਗੇ। ਵੈਸੇ ਹਰੇਕ ਦਾ ਆਪਣਾ ਆਪਣਾ ਸਟਾਈਲ ਹੁੰਦਾ, ਜਸਟ ਆਈ ਵਾਂਟ ਟੂ ਸ਼ੇਅਰ ਮਾਈ ਆਈਡੀਆਜ਼ ਕਿ ਮੈਂ ਕਿਵੇਂ ਕਰਦੀ ਹਾਂ। ਅਤੇ ਫਸਟ ਆਫ ਆਲ ਕਿ ਮੈਂ ਸ਼ਾਵਰ ਕਰਕੇ ਡਰਾਈ ਕਰਕੇ ਵਾਲ ਮੈਂ ਆਪਣੇ, ਹੁਣ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਫਰੀਜ਼ੀ ਲੱਗ ਰਹੇ ਹੈ, ਅਤੇ ਇਹਨਾਂ ਨੂੰ ਕਿਉਂਕਿ ਜੇ ਤੁਸੀਂ ਕਿਤੇ ਕੰਮ 'ਤੇ ਜਾਣਾ ਹੁੰਦਾ ਹੈ, ਉੱਦਾਂ ਵੀ ਕਿਤੇ ਬਾਹਰ ਜਾਣਾ, ਤਾਂ ਤੁਸੀਂ ਇੱਦਾਂ ਦੇ ਹੇਅਰਸ ਲੈ ਕੇ ਨਹੀਂ ਜਾ ਸਕਦੇ। ਤਾਂ ਫਸਟ ਆਫ ਆਲ ਯੂ ਨੀਡ ਟੂ ਯੂਜ਼ ਦਾ ਪ੍ਰੋਟੈਕਸ਼ਨ, ਹੇਅਰ ਪ੍ਰੋਟੈਕਸ਼ਨ, ਅਤੇ ਮੈਂ ਇਹ ਵਾਲਾ ਯੂਜ਼ ਕਰਦੀ ਹਾਂ। ਇਟਸ 48 hours ਐਂਟੀ ਫ੍ਰਿਜ਼, ਇਟਸ ਹੀਟ ਪ੍ਰੋਟੈਕਸ਼ਨ ਸਪਰੇ। ਤਾਂ ਤੁਸੀਂ ਇਹ ਮੇਕ ਸ਼ੋਰ ਕਰਨਾ ਕਿ ਵਧੀਆ ਕੁਆਲਿਟੀ ਦਾ ਤੁਸੀਂ ਸਪਰੇ ਯੂਜ਼ ਕਰੋ। ਅਤੇ ਸੈਕਿੰਡ ਥਿੰਗ ਕੀ ਹੈ ਕਿ ਤੁਹਾਡਾ ਜਿਹੜਾ ਸਟ੍ਰੇਟਨਰ ਹੈ ਉਹ ਵਧੀਆ ਹੋਣਾ ਚਾਹੀਦਾ, ਕਿਉਂਕਿ ਜੇ ਤੁਹਾਡਾ ਸਟ੍ਰੇਟਨਰ, ਕਈ ਸਟ੍ਰੇਟਨਰਸ ਦੇ ਵਿੱਚ ਜਿਹੜੀਆਂ ਪਲੇਟਸ ਹੁੰਦੀਆਂ ਉਹ ਬਹੁਤ ਥਿਨ ਹੁੰਦੀਆਂ, ਤਾਂ ਉਹਨੂੰ ਜ਼ਿਆਦਾ ਟਾਈਮ ਲੱਗਦਾ ਸਟ੍ਰੇਟ ਕਰਨ ਨੂੰ। ਮੇਕ ਸ਼ੋਰ ਕਿ ਜੇ ਤੁਹਾਡੇ ਕੋਲ ਸਟ੍ਰੇਟਨਰ ਹੈਗਾ ਹੈ ਉਹਦੀਆਂ ਜਿਹੜੀਆਂ ਪਲੇਟਸ ਨੇ ਇਹ ਥੋੜ੍ਹੀਆਂ ਵਾਈਡ ਹੋਣ, ਤਾਂ ਕਿ ਉਨਾ ਹੀ ਘੱਟ ਟਾਈਮ ਲੱਗਦਾ ਸਟ੍ਰੇਟ ਕਰਨ। ਹੈਗਾ ਹੈ ਵਾਈਡਲ ਸੈਸੂਨ ਦਾ, ਅਤੇ ਇਹ ਹੈਗਾ 230 ਮੈਕਸੀਮਮ ਟੈਂਪਰੇਚਰ। ਇਹਦੇ ਇੱਥੇ ਬਟਨ ਨੇ ਸਾਈਡ 'ਚ, ਅਤੇ ਹਾਈ ਅਤੇ ਲੋ ਕਰਨ ਦਾ ਵੀ ਹੈਗਾ। ਸਭ ਤੋਂ ਲੋ ਹੈਗਾ ਮੇਰਾ 130, ਇਹ ਮੈਕਸੀਮਮ ਮੇਰਾ ਜਾਂਦਾ ਹੈਗਾ 230, ਅਤੇ ਬਟ ਉਹ ਡਿਪੈਂਡ ਕਰਦਾ ਕਿ ਤੁਹਾਡੇ ਹੇਅਰਸ ਥਿਨ ਨੇ ਅਤੇ ਕਿਵੇਂ ਦੇ ਨੇ, ਉਸ ਅਕੋਰਡਿੰਗ ਤੁਹਾਡੇ ਹੇਅਰਸ ਦੇ ਅਕੋਰਡਿੰਗ ਹੀ ਤੁਸੀਂ ਟੈਂਪਰੇਚਰ ਯੂਜ਼ ਕਰੋ ਤਾਂ ਬੈਟਰ ਹੈ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਤੁਹਾਡੇ ਹੇਅਰਸ ਥਿਨ ਹੋਣ ਅਤੇ ਤੁਸੀਂ ਹਾਈ ਟੈਂਪਰੇਚਰ ਯੂਜ਼ ਕਰੋ ਅਤੇ ਉਹ ਅਫੈਕਟ ਕਰਦੇ ਹੈ ਵਾਲ ਨੂੰ। ਅਤੇ ਮੇਰੇ ਹੁਣ ਕਾਫੀ ਡਰਾਈ ਮਤਲਬ ਫਰੀਜ਼ੀ ਹੇਅਰਸ ਨੇ, ਤਾਂ ਮੈਂ 220 or 210 ਇਨ ਬਿਟਵੀਨ ਆਫ ਦੈਟ ਮੈਂ ਯੂਜ਼ ਕਰਦੀ ਹਾਂ। ਅਤੇ ਬਟ ਬਿਫੋਰ ਦੈਟ ਦ ਮੇਨ ਥਿੰਗ ਇਜ਼ ਯੂ ਨੀਡ ਟੂ ਪ੍ਰੋਪਰਲੀ ਸਪਰੇ ਯੋਰ ਹੇਅਰਸ ਵਿਦ ਯੋਰ ਹੀਟ ਪ੍ਰੋਟੈਕਸ਼ਨ, ਮੇਨਲੀ ਦ ਐਂਡ ਸਪਰੇ। ਉਹ ਤੋਂ ਬਾਅਦ ਜਸਟ ਕੌਂਬ ਯੋਰ ਹੇਅਰ ਵਾਂਸ, ਤਾਂ ਕਿ ਜਿਹੜੀ ਸਪਰੇ ਉਹ ਸਾਰੇ ਵਾਲਾਂ 'ਚ ਪ੍ਰੋਪਰਲੀ ਚਲੀ ਜਾਵੇ। ਅੱਜ ਸੈਕਿੰਡ ਟਿਪ ਇਜ਼ ਯੂ ਨੀਡ ਟੂ ਹੈਵ ਦੀਜ਼ ਕਲਿਪਸ, ਦਿਸ ਇਜ਼ ਦ ਮੇਨ ਥਿੰਗ, ਯੋ ਦੀਜ਼ ਕਲਿਪਸ ਹੈਂਡਲ ਯੋਰ ਹੇਅਰ ਪ੍ਰੋਪਰਲੀ। ਤਾਂ ਫਸਟ ਆਫ ਆਲ ਤੁਸੀਂ ਕੀ ਕਰਨਾ, ਇਹ ਵਾਲੇ ਜਿਹੜੇ ਅਪਰ ਹੇਅਰਸ ਨੇ ਉਹਨਾਂ ਨੂੰ ਜਸਟ ਇੱਦਾਂ ਟਾਈ ਕਰ ਲਓ। ਆਹ ਵਾਲੇ ਕਲਿਪਸ ਹੈਗੀਆਂ, ਦੇਖੋ, ਦੈਟਸ ਵਾਈ ਆਮ ਸੇਇੰਗ ਇਟਸ ਈਜ਼ੀ, ਜਸਟ ਕਲਿਪ ਔਨ ਦੈਟ, ਬਿਕੋਜ਼ ਬਾਰ ਬਾਰ ਤੁਸੀਂ ਫੜ ਨਹੀਂ ਸਕਦੇ, ਯੂ ਡੋਂਟ ਨੋ ਕਿ ਕਿੱਥੇ ਜਾ ਰਹੇ। ਹੁਣ ਜਿਹੜੇ ਥੱਲੇ ਹੇਅਰਸ ਹੈ ਇਹਨਾਂ ਨੂੰ 2 portions ਡਿਵਾਈਡ ਕਰਕੇ ਜਸਟ ਕੌਂਬ ਇਟ, ਅਤੇ ਇੱਕ ਹੱਥ ਫੜ ਕੇ ਸਟ੍ਰੇਟਨਰ, ਦੂਜਾ ਹੱਥ ਮੇਕ ਸ਼ੋਰ ਕਿ ਬਿਕੋਜ਼ ਹੀਟ ਬਹੁਤ ਹੋ ਜਾਂਦੀ ਹੈ ਅਤੇ ਤੁਹਾਡੇ ਹੱਥ ਨੂੰ ਲੱਗਦੀ ਹੈ ਤਾਂ ਇਟ ਰੀਅਲੀ ਹਰਟਸ, ਜਸਟ ਮੇਕ ਸ਼ੋਰ ਯੂ ਯੂਜ਼ ਦਿਸ ਬਰੱਸ਼। ਥੋੜ੍ਹੇ ਥੋੜ੍ਹੇ ਪਾਰਟਸ ਲੈ ਕੇ ਤੁਸੀਂ ਕਰਨਾ ਸਟ੍ਰੇਟਨ ਯੋਰ ਹੇਅਰਸ, ਤੇ ਦੂਜਾ, ਬਿਕੋਜ਼ ਜਦ ਤੁਸੀਂ ਇੱਦਾਂ ਕਰਦੇ ਹੋ ਫਿਰ ਤੁਸੀਂ ਜੇ ਹੱਥ ਲਾਓ ਤਾਂ ਥੋੜ੍ਹੇ ਹੱਥ ਹੀਟ ਲੱਗਦੀ ਹੈ ਹੱਥ 'ਤੇ, ਫਿਰ ਜਸਟ ਸੀ। ਹੁਣ ਇਹਦਾ ਇਹ ਫਾਇਦਾ ਕਿ ਕੁਇਕਲੀ ਜਸਟ ਇਹਨੂੰ ਪੋਰਸ਼ਨ ਕੀਤਾ ਅਤੇ 3-3 ਹਿੱਸਿਆਂ 'ਚ ਕਰਕੇ ਇਹਨੂੰ ਫਟਾਫਟ ਸਟ੍ਰੇਟਨ ਕਰ ਲਿਆ। ਹੁਣ ਇੱਦਾਂ ਹੀ ਇੱਥੇ ਕਰਾਂਗੇ ਜਸਟ, ਇੱਦਾਂ ਹੀ ਇਸ ਪਾਸੇ ਕਰਕੇ ਮੋਸਟ ਫੁੱਲ ਛੋਟੇ ਛੋਟੇ ਪੋਰਸ਼ਨਸ ਲੈਣੇ ਤੁਸੀਂ। ਦੇ
ਦੇਖੋ ਜਦ ਤੁਸੀਂ ਉਹ ਲਗਾਉਂਦੇ ਹੋ ਹੀਟ ਪ੍ਰੋਟੈਕਸ਼ਨ ਤਾਂ ਉਹਦੇ ਨਾਲ ਇਹ ਡਰ ਨਹੀਂ ਹੁੰਦਾ ਕਿ ਤੁਹਾਡੇ ਜਿਹੜੇ ਵਾਲ ਨੇ ਉਹ ਸੜਨਗੇ ਜਾਂ ਵਾਲਾਂ ਨੂੰ ਜ਼ਿਆਦਾ ਹੀਟ ਲੱਗੇਗੀ ਤਾਂ ਯੂ ਕੈਨ ਈਜ਼ੀਲੀ ਡੂ ਔਰ ਉਹਦੇ ਨਾਲ ਕੀ ਹੈ ਕਿ ਜਿਹੜੀ ਸਿਲਕੀਨੈਸ ਹੈ ਵਾਲਾਂ ਦੀ ਉਹ ਵੀ ਬਹੁਤ ਵਧੀਆ ਲੱਗਦੀ ਹੈ ਦੀਸ ਪੋਰਸ਼ਨ ਹੈਜ਼ ਡਨ ਤੇ ਵਿਲ ਗੋ ਫੋਰ ਦਾ ਅਪਰ ਵਨ ਇੱਦਾਂ ਹੀ ਇੱਕ ਵਾਰ ਹੋਰ ਅਸੀਂ ਡਿਵਾਈਡ ਕਰਨਾ ਤੇ ਉੱਪਰ ਵਾਲੇ ਵਾਲ ਫੇਰ ਤੁਸੀਂ ਜਸਟ ਟਾਈ ਦੀਜ਼ ਹੇਅਰਸ ਕਲਿੱਪ ਔਨ ਦੈਟ ਵਨ ਅਦਰ ਕਲਿੱਪ ਯੂ ਗੋ ਨਾਓ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਟਰੇਟ ਹੋ ਗਏ ਉਹ ਥੱਲੇ ਹੈਗੇ ਆ ਜਿਹੜੇ ਨਹੀਂ ਸਟਰੇਟ ਹੋਏ ਉਹ ਦੇਖੋ ਦਿਸ ਦੇ ਅਨਸਟਰੇਟਨ ਹੇਅਰਸ ਇੱਦਾਂ ਹੀ ਇੱਥੇ ਵੀ ਤੁਸੀਂ ਯੂ ਕੈਨ ਸੀ ਕਿ ਜਿਹੜੇ ਸਟੇਟਨ ਨੇ ਉਹ ਅੱਡ ਨੇ ਅਨਸਟੇਟਨ ਅੱਡ ਨੇ ਇਹਨਾਂ ਨੂੰ ਵੀ ਤੁਸੀਂ ਇੱਦਾਂ ਹੀ ਜਸਟ ਟੇਕ ਸਮੋਲ ਸਮੋਲ ਪੋਰਸ਼ਨਸ ਲਾਈਕ ਦਿਸ ਐਂਡ ਬਿਕੋਜ਼ ਜਿੰਨਾ ਸਮੋਲ ਪੋਰਸ਼ਨ ਲੈਂਦੇ ਹੋ ਉਹ ਤਾਂ ਉਹਦੇ ਨਾਲ ਵਧੀਆ ਸਟੇਟਨ ਹੁੰਦੇ ਆ ਇੱਦਾਂ ਹੀ ਤੁਸੀਂ ਇੱਥੇ ਵੀ ਕਰਨਾ ਮੇਕ ਸ਼ੋਰ ਜਿਹੜੇ ਬੇਬੀ ਹੇਅਰਸ ਹੁੰਦੇ ਆ ਬਹੁਤ ਤੰਗ ਕਰਦੇ ਆ ਬੇਬੀ ਹੇਅਰਸ ਬਹੁਤ ਬੁਰੇ ਲੱਗਦੇ ਆ ਜਦ ਅੱਗੋਂ ਕਰਲਸ ਹੋ ਜਾਂਦੇ ਆ ਬਿਕੋਜ਼ ਮੇਰੇ ਹੇਅਰਸ ਬਚਪਨ ਤੋਂ ਹੀ ਬਹੁਤ ਡਰਾਈ ਅਤੇ ਫਰੀਜ਼ੀ ਰਹੇ ਆ ਲਾਈਕ ਪਤਾ ਨਹੀਂ ਬਾਕੀਆਂ ਦੇ ਕਈਆਂ ਦੇ ਕਾਫੀ ਮਤਲਬ ਇੰਨਾ ਸਟ੍ਰੇਟਨ ਕਰਨ ਦੀ ਲੋੜ ਨਹੀਂ ਹੁੰਦੀ ਉਹਨਾਂ ਦੇ ਨੈਚੁਰਲੀ ਬਹੁਤ ਸਟ੍ਰੇਟ ਹੁੰਦੇ ਆ ਅਤੇ ਮੈਨੂੰ ਤਾਂ ਸਟ੍ਰੇਟਨ ਕਰਨਾ ਹੇਅਰਸ ਬਹੁਤ ਪਸੰਦ ਹੈ ਬਿਕੋਜ਼ ਵਿਦਆਊਟ ਸਟ੍ਰੇਟਨ ਆਈ ਕਾਂਟ ਗੋ ਈਵਨ ਆਊਟ ਆਫ ਦਾ ਹਾਊਸ ਇਫ ਯੂਰ ਹੇਅਰਸ ਲੁਕਸ ਲਾਈਕ ਡਰਾਈ ਫਰੀਜ਼ੀ ਅਤੇ ਇੱਦਾਂ ਹੀ ਤੁਸੀਂ ਹੁਣ ਟੋਪ 'ਤੇ ਰਹਿ ਗਏ ਦੇਖੋ ਇਫ ਯੂ ਕੈਨ ਸੀ ਜਸਟ ਦਿਸ ਪੋਰਸ਼ਨ ਜਸਟ ਡਿਵਾਈਡਡ ਜਾਂ ਇੱਦਾਂ ਇਹਨੂੰ ਸਮੋਲ ਬਿਕੋਜ਼ ਜਿੰਨਾ ਤੁਹਾਡੀ ਸਟ੍ਰੇਟਨ ਵਾਈਡ ਹੁੰਦਾ ਓਨਾ ਹੀ ਈਜ਼ਲੀ ਔਰ ਜਲਦੀ ਕੁਇਕ ਹੋ ਜਾਂਦਾ ਅਦਰਵਾਈਜ਼ ਮੇਕ ਸ਼ੋਰ ਟੇਕ ਸਮੋਲ ਪੀਸਿਸ ਔਫ ਦਾ ਅਪਰ ਹੇਅਰਸ ਲਾਈਕ ਦਿਸ ਐਂਡ ਸਪੈਸ਼ਲੀ ਜਦ ਲੌਂਗ ਥੋੜ੍ਹੇ ਜਿਹੇ ਹੇਅਰਸ ਹੁੰਦੇ ਤੁਹਾਨੂੰ ਸਟ੍ਰੇਟਨ ਕਰਨ ਥੋੜ੍ਹਾ ਟਾਈਮ ਵੀ ਚਾਹੀਦਾ ਅਤੇ ਉਹਦੇ ਲਈ ਤਾਂ ਸਪੈਸੀਫਿਕਲੀ ਯੂ ਨੀਡ ਯੂ ਸ਼ੁੱਡ ਹੈਵ ਅ ਲਾਈਕ ਗੁੱਡ ਸਟ੍ਰੇਟ ਨਾ ਤਾਂ ਈਜ਼ੀ ਹੋ ਜਾਂਦਾ ਨਾ ਯੂ ਕੈਨ ਸੀ ਮਾਈ ਹੇਅਰਸ ਲੁਕਸ ਸ਼ਾਈਨੀ ਐਂਡ ਸਟ੍ਰੇਟ ਬਿਕੋਜ਼ ਵਰਕ 'ਤੇ ਜਾਣਾ ਅਤੇ ਉਹਦੇ ਲਈ ਯੂ ਕਾਂਟ ਗੋ ਵਿਦਆਊਟ ਸਟ੍ਰੇਟਨਿੰਗ ਯੂਰ ਹੇਅਰਸ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਜਿਹੜੇ ਹੇਅਰਸ ਹੈ ਆਫਟਰ ਸਟ੍ਰੇਟ ਕਰਨ ਤੋਂ ਬਾਅਦ ਇਟ ਲੁਕਸ ਰੀਅਲੀ ਗੁੱਡ ਸੀ ਆਮ ਰੈਡੀ ਫੋਰ ਮਾਈ ਵਰਕ ਜੇ ਤੁਹਾਨੂੰ ਮੇਰੀਆਂ ਟਿਪਸ ਚੰਗੀਆਂ ਲੱਗੀਆਂ ਹੋਣ ਕਿ ਕਿਵੇਂ ਹੇਅਰ ਸਟ੍ਰੇਟ ਕਰੀਦੇ ਆ ਤਾਂ ਤੁਸੀਂ ਹੁਣ ਦੇਖ ਸਕਦੇ ਹੋ ਨਾਈਸਲੀ ਡਨ ਅਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਚੰਗਾ ਲੱਗਾ ਵੀ ਹੈ ਅਤੇ ਨਹੀਂ ਵੀ ਲੱਗਾ ਅਤੇ ਹੁਣ ਤੁਹਾਨੂੰ ਮਿਲਦੇ ਹਾਂ ਅਗਲੇ ਵੀਡੀਓ 'ਚ ਕੁਛ ਨਵਾਂ ਲੈ ਕੇ ਜਦ ਤੱਕ ਲਈ ਸਤਿ ਸ਼੍ਰੀ ਅਕਾਲ